ਕਾਂਗਰਸ ਸਰਕਾਰ ਚ ਰੇਤੇ ਦੇ ਠੇਕੇਦਾਰਾਂ ਨੂੰ ਵੀ ਮਿਲੀ ਸੀ ਪੁਲਿਸ ਸੁਰੱਖਿਆ ਮਾਈਨਿੰਗ ਠੇਕੇਦਾਰ ਦੀ ਸੁਰੱਖਿਆ ਚ ਤਾਇਨਾਤ ਸਨ 3 ਪੁਲਿਸ ਮੁਲਾਜ਼ਮ ਹਰ ਮਹੀਨੇ ਲੱਖਾਂ ਦਾ ਹੁੰਦਾ ਸੀ ਖਰਚ ਸਾਥਰੀਕਾਲ ਤੁਸੀਂ ਜੁੜੇ ਹੋਏ ਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਮੈਂ ਪਰਮੇਤ ਸਿੰਘ ਪਿਛਲੀਆਂ ਦੋ ਸਰਕਾਰਾਂ ਦੇ ਉੱਪਰ ਨਜਾਇਜ਼ ਮਾਈਨਿੰਗ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜੇ ਹੁੰਦੇ ਨੇ 2017 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨਜਾਇਜ਼ ਮਾਈਨਿੰਗ ਖਤਮ ਕਰਨ ਦੇ ਮੁੱਦੇ ਨੂੰ ਲੈ ਕੇ ਹੀ ਸੱਤਾ ਦੇ ਵਿੱਚ ਆਉਂਦੇ ਨੇ ਪਰ ਉਹਨਾਂ ਦੇ ਰਾਜ ਵਿੱਚ ਨਜਾਇਜ਼ ਮਾਈਨਿੰਗ ਖਤਮ ਹੋਣ ਦੀ ਬਜਾਏ ਉਸ ਤੋਂ ਵੀ ਵੱਡੇ ਪੱਧਰ ਤੇ ਸ਼ੁਰੂ ਹੋ ਜਾਂਦੀ ਆ ਫਿਰ 111 ਦਿਨਾਂ ਦੇ ਲਈ ਚਰਨਜੀਤ ਚੰਨੀ ਪੰਜਾਬ ਦੇ ਮੁੱਖ ਮੰਤਰੀ ਬਣਦੇ ਨੇ ਰੇਤੇ ਦੀਆਂ ਕੀਮਤਾਂ ਵਿੱਚ ਤਾਂ ਭਾਵੇਂ ਉਹਨਾਂ ਨੇ ਕਮੀ ਕੀਤੀ ਸੀ ਪਰ ਉਹਨਾਂ ਦੇ ਕਾਰਜਕਾਲ ਦੇ ਵਿੱਚ ਵੀ ਨਜਾਇਜ਼ ਮਾਈਨਿੰਗ ਉਸੇ ਤਰ੍ਹਾਂ ਹੀ ਚੱਲਦੀ ਰਹੀ ਨਜਾਇਜ਼ ਮਾਈਨਿੰਗ ਤਾਂ ਠੀਕ ਸੀ ਪਰ ਇੱਥੇ ਜੋ ਰੇਤੇ ਦਾ ਕਾਰੋਬਾਰ ਕਰਦੇ ਸਨ ਠੇਕੇਦਾਰਾਂ ਨੂੰ ਕਾਂਗਰਸ ਸਰਕਾਰ ਦੇ ਵੱਲੋਂ ਪੁਲਿਸ ਸੁਰੱਖਿਆ ਦਿੱਤੀ ਗਈ ਸੀ ਸਰਕਾਰੀ ਖਰਚੇ ਦੇ ਉੱਪਰੇ ਨਾ ਠੇਕੇਦਾਰਾਂ ਨੂੰ ਕਾਂਗਰਸ ਸਰਕਾਰ ਦੇ ਵੱਲੋਂ ਸੁਰੱਖਿਆ ਦਿੱਤੀ ਗਈ ਸੀ ਨਾ ਮਾਈਨਿੰਗ ਦੇ ਨਾਲ ਜੁੜੇ ਹੋਏ ਠੇਕੇਦਾਰਾਂ ਨੂੰ ਦੱਸ ਦਿੰਨੇ ਹਾਂ ਕਿ ਸੱਤਾ ਵਿੱਚ ਹੈ ਕਾਂਗਰਸ ਇਤਨੇ ਵਾਰ ਹੋਣ ਤੋਂ ਬਾਅਦ ਹੁਣ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਦਿੱਤੀ ਪੁਸਤਕਿਆ ਦੀ ਚੈੱਕ ਕੀਤੀ ਜਾ ਰਹੀ ਹੈ ਤਾਂ ਵੱਡੇ ਪੱਧਰ ਤੇ ਕਾਂਗਰਸੀ ਲੀਡਰਾਂ ਦੇ ਨਾਮ ਆ ਰਹੇ ਨੇ ਪਰ ਇਸ ਸੂਚੀ ਵਿੱਚ ਮੋਹਨਪਾਲ ਸਿੰਘ ਨਾਮ ਦਾ ਇੱਕ ਵਿਅਕਤੀ ਇੱਕ ਠੇਕੇਦਾਰ ਵੀ ਹੈ ਜੋ ਕਿ ਮੋਹਨਪਾਲ ਸਿੰਘ ਦੇ ਵੱਲੋਂ ਮਾਈਨਿੰਗ ਦਾ ਕੰਮ ਕੀਤਾ ਜਾਂਦਾ ਸੀ ਉਨ੍ਹਾਂ ਨੂੰ ਪੰਜਾਬ ਪੁਲਿਸ ਦੇ ਵੱਲੋਂ ਤਿੰਨ ਪੁਲਿਸ ਮਲਾਜਮਾਂ ਨੇ ਸੁਰੱਖਿਆ ਦਿੱਤੀ ਗਈ ਸੀ ਤਿੰਨ ਪੁਲਿਸ ਮਲਾਜਮਾਂ ਦੀ ਸੁਰੱਖਿਆ ਦੇ ਵਿੱਚ ਕਾਂਗਰਸ ਸਰਕਾਰ ਦੇ ਵੱਲੋਂ ਤਾਇਨਾਤ ਕੀਤੇ ਗਏ ਸਨ ਇਹ ਤਿੰਨ ਪੁਲਿਸ ਮਲਾਜਮਾਂ ਵਿੱਚੋਂ ਇੱਕ ਪਠਾਨਕੋਟ ਇੱਕ ਗਰਦਾਸਪੁਰ ਤੇ ਇੱਕ ਬਟਾਲਾ ਪੁਲਿਸ ਦੇ ਨਾਲ ਸਬੰਧਿਤ ਹੈ ਇਹਨਾਂ ਤਿੰਨੇ ਪੁਲਿਸ ਮੁਲਾਜ਼ਮਾਂ ਨੂੰ ਪੰਜਾਬ ਸਰਕਾਰ ਦੇ ਵੱਲੋਂ ਲੱਖਾਂ ਰੁਪਏ ਦੀ ਤਨਖਾਹ ਦਿੱਤੀ ਜਾਂਦੀ ਸੀ ਜਿਸ ਕਾਰਨ ਡਿਊਟੀ ਮਾਈਨਿੰਗ ਠੇਕੇਦਾਰ ਦੀ ਸੁਰੱਖਿਆ ਦੇ ਲਈ ਸਰਕਾਰ ਦੇ ਖਜ਼ਾਨੇ ਦੇ ਵਿੱਚੋਂ ਲੱਖਾਂ ਰੁਪਏ ਖਰਚ ਕੀਤੇ ਜਾ ਰਹੇ ਸੀ ਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਇਨ੍ਹਾਂ ਤਿੰਨੇ ਪੁਸ ਮਲਾਜਮਾਂ ਨੂੰ ਤੁਰੰਤ ਪ੍ਰਭਾਵ ਦੇ ਨਾਲ ਵਾਪਸ ਸੱਦ ਲਿਆ ਗਿਆ ਏ ਨਜਾਇਜ਼ ਮਾਈਨਿੰਗ ਤਾਂ ਪਿਛਲੀਆਂ ਸਰਕਾਰਾਂ ਨੇ ਕੀ ਬੰਦ ਕਰਨੀ ਸੀ ਪਰ ਜੋ ਮਾਈਨਿੰਗ ਦਾ ਕੰਮ ਕਰਦੇ ਸੀ ਰੇਤ ਦਾ ਕੰਮ ਕਰਦੇ ਸੀ ਉਹਨਾਂ ਦੇ ਠੇਕੇਦਾਰਾਂ ਨੂੰ ਪੰਜਾਬ ਦੇ ਖਜ਼ਾਨੇ ਦੇ ਵਿੱਚੋਂ ਸਰਕਾਰੀ ਪੈਸੇ ਦੇ ਉੱਪਰ ਸੁਰੱਖਿਆ ਦਿੱਤੀ ਗਈ ਸੀ ਤਾਂ ਇਹ ਪਿਛਲੀਆਂ ਸਰਕਾਰਾਂ ਦੀ ਕਾਰਗੁਜ਼ਾਰੀ ਦੇ ਉੱਪਰ ਵੱਡੇ ਸਵਾਲ ਖੜੇ ਕਰਦੀ ਹੈ ਇਹ ਭੂਮਿਕਾ ਕਿ ਉਹਨਾਂ ਨੇ ठेकेदारों ਨੂੰ ਸੁਰੱਖਿਆ ਕਿਉਂ ਦਿੱਤੀ ਅਤੇ ਨਵੀਂ ਜਾਂਚ ਦੇ ਵਿੱਚ ਕਈ ਕਾਂਗਰਸ ਆਗੂਆਂ ਦੇ ਨਾਮ ਵੀ ਆ ਰਹੇ ਨੇ ਅਜਿਹੀਆਂ ਹੋਰ ਖਬਰਾਂ ਦੇ ਲਈ ਜੁੜੇ ਰਹੋ ਆਰਐਮਵੀ ਟੈਲੀਵਿਜ਼ਨ ਦੇ ਨਾਲ ਧੰਨਵਾਦ